ਸਾਲ ਜੀ, ਮੈਂ ਬਲਵੀਰ ਸਿੰਘ ਸ਼ੇਰਗਿੱਲ, ਮੌਜੂਦਾ ਮੈਂਬਰ ਪੰਚਾਇਤ ਪਿੰਡ ਕੁਣਕੁਣ। ਮੇਰੇ ਸਤਿਕਾਰਯੋਗ ਮਾਤਾ ਜੀ ਲੇਟ ਸ਼੍ਰੀਮਤੀ ਮਨਜੀਤ ਕੌਰ ਜੀ, ਜੋ ਕਿ ਇਸ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ, ਜਿਨ੍ਹਾਂ ਨੇ ਆਪਣੇ ਸਰਪੰਚੀ ਦੇ ਟਾਈਮ ਦੇ ਵਿੱਚ ਜੋ ਪਿੰਡ ਦੇ ਲਈ ਖਾਸ ਕੰਮ ਕੀਤੇ, ਉਹਨਾਂ ਵਿੱਚ ਸਭ ਤੋਂ ਪਹਿਲਾਂ ਪਿੰਡ ਦੀ ਭਾਈਚਾਰਾ ਏਕਤਾ ਕਾਇਮ ਰੱਖਣ ਲਈ ਬਹੁਤ ਮਜ਼ਬੂਤੀ ਨਾਲ ਕੰਮ ਕੀਤੇ। ਸਾਰੇ ਪਿੰਡ ਨੂੰ ਮਨਰੇਗਾ ਸਕੀਮ ਦੇ ਵਿੱਚ ਜੋ ਮਨਰੇਗਾ ਮਜ਼ਦੂਰ ਹਨ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਦਿੱਤੇ। ਸਭ ਤੋਂ ਵੱਡਾ ਕੰਮ ਜੋ ਕੀਤਾ, ਪਿੰਡ ਦੀ ਪੰਚਾਇਤੀ ਜ਼ਮੀਨ ਜੋ ਕਿ ਉਪਜਾਊ ਨਹੀਂ ਸੀ, ਉਸਨੂੰ ਉਪਜਾਊ ਕਰਨ ਲਈ ਬਹੁਤ ਵੱਡਾ ਪ੍ਰੋਜੈਕਟ ਲਗਭਗ 20 ਲੱਖ ਰੁਪਏ ਦਾ 100 ਦਿਨ ਦੇ ਵਿੱਚ ਕੰਪਲੀਟ ਕੀਤਾ, ਜਿਸ ਵਿੱਚ ਪੂਰੇ ਪਿੰਡ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਕੰਮ ਕਰਕੇ ਜ਼ਮੀਨ ਨੂੰ ਉਪਜਾਊ ਬਣਾਇਆ, ਜਿਸ ਨਾਲ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਆਮਦਨ ਲਗਭਗ ਦੁੱਗਣੀ ਹੋ ਗਈ। ਉਸ ਤੋਂ ਬਾਅਦ 'ਚ ਜੋ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦਾ ਰਸਤਾ ਸੀ, ਉਸ ਰਸਤੇ ਨੂੰ ਕਢਵਾ ਕੇ ਉਸਨੂੰ ਇੱਕੋ ਜਿਹਾ ਕਰਾ ਕੇ ਮਨਰੇਗਾ ਸਕੀਮ ਦੇ ਵਿੱਚ ਲੈਵਲ ਕੀਤਾ ਗਿਆ। ਉਸ ਜਗ੍ਹਾ 'ਤੇ ਪੀਣ ਵਾਲਾ ਪਾਣੀ ਦਾ ਕੋਈ ਬੰਦੋਬਸਤ ਨਹੀਂ ਸੀ, ਜੋ ਕਿ ਪਿੰਡ ਤੋਂ ਪੈਪ ਲਾਈਨ ਜਾ ਕੇ ਉਸ 'ਤੇ ਪੀਣ ਵਾਲੇ ਪਾਣੀ ਦਾ ਬੰਦੋਬਸਤ ਕੀਤਾ ਗਿਆ। ਜੋ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦੀ ਹਾਲਤ ਥੋੜ੍ਹੀ ਤਰਸਯੋਗ ਸੀ, ਸਾਰੀ ਜਗ੍ਹਾ ਜੋ ਕੱਚੀ ਸੀ ਉਸ ਦੇ ਵਿੱਚ ਪੰਚਾਇਤ ਫੰਡ ਦੇ ਵਿੱਚੋਂ ਕੰਕਰੀਟ ਕਰਵਾ ਕੇ ਉਸਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ, ਜੋ ਕਿ ਬਹੁਤ ਵਧੀਆ ਦੇਖਣ ਯੋਗ ਬਿਲਡਿੰਗ ਬਣ ਗਈ। ਉਸ ਤੋਂ ਬਾਅਦ ਜੋ ਮਿਡਲ ਸਕੂਲ ਪਿੰਡ ਦੇ ਬਾਹਰ ਹੈ, ਉਸ ਦੇ ਵਿੱਚ ਬਹੁਤ ਜ਼ਿਆਦਾ ਉੱਚਾ ਨੀਵਾਂ ਸੀ, ਉਸਨੂੰ ਮਨਰੇਗਾ ਸਕੀਮ ਦੇ 'ਚ ਲੈ ਕੇ ਲਗਭਗ 2000 ਟਰਾਲੀ ਮਿੱਟੀ ਦੀ, ਜੋ ਕਿ ਮਨਰੇਗਾ ਸਕੀਮ ਦੇ ਵਿੱਚ ਦੂਸਰੇ ਸਾਲ ਪਾਈ ਗਈ, ਜਿਸ ਦੇ ਨਾਲ ਬਹੁਤ ਹੀ ਵਧੀਆ ਗਰਾਊਂਡ, ਵਾਲੀਬਾਲ ਗਰਾਊਂਡ ਔਰ ਮਲਟੀ ਗਰਾਊਂਡ ਸਕੂਲ ਦੀ ਤਿਆਰ ਹੋ ਗਈ। ਉਸ ਤੋਂ ਬਾਅਦ ਜੋ ਸਾਡੇ ਪਿੰਡ ਦੇ ਬਾਹਰ ਛੱਪੜ ਹੈ, 1 ਏਕੜ ਦਾ ਛੱਪੜ ਹੈ, ਉਸਦੀ ਹਾਲਤ ਬਹੁਤ ਤਰਸਯੋਗ ਸੀ, ਹੜ੍ਹਾਂ ਆਉਣ ਦੇ ਕਾਰਨ ਉਸ ਵਿੱਚ ਸਫਾਈ ਨਹੀਂ ਕੀਤੀ ਜਾ ਸਕਦੀ ਸੀ। ਮਨਰੇਗਾ ਸਕੀਮ ਦੇ ਵਿੱਚ ਉਸਦੀ ਪੂਰੀ ਤਰ੍ਹਾਂ ਸਫਾਈ ਕਰਾ ਕੇ ਉਸਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਗਿਆ, ਜੋ ਕਿ ਦੇਖਣ ਯੋਗ ਹੈ। ਉਸ ਤੋਂ ਬਾਅਦ 'ਚ ਪਿੰਡ ਦੇ ਵਿੱਚ ਦੀਆਂ ਲਗਭਗ ਸਾਰੇ ਪਿੰਡ ਦੇ ਵਿਚਲੀਆਂ ਗਲੀਆਂ ਜੋ ਕਿ ਹਾਲਤ ਖਰਾਬ ਸੀ, ਟੈਂਕੀ ਦੇ ਸੀਵਰੇਜ ਪੈਣ ਦੇ ਕਾਰਨ ਉੱਚੀ ਨੀਵੇਂ ਸੀ, ਪੂਰੀਆਂ 100% ਹੀ ਕੰਕਰੀਟ ਕਰ ਦਿੱਤੀਆਂ ਗਈਆਂ ਹਨ, ਜੋ ਕਿ ਬਿਲਕੁਲ ਹੀ ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ। ਇੱਕ ਜ਼ਰੂਰੀ ਬੇਨਤੀ ਜਿਹੜੀ ਸਰਕਾਰ ਨੂੰ ਕਰਨੀ ਚਾਹੁੰਦੇ ਹਾਂ ਕਿ ਮੇਨ ਮੁੱਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਪਰਾਲੀ ਨੂੰ ਅੱਗ ਲਾਉਣ, ਉਹਦੇ ਵਿੱਚ ਦੋਸ਼ੀ ਜਿਹੜਾ ਉਹ ਸਿਰਫ ਜ਼ਿਮੀਂਦਾਰ ਹੀ ਮੰਨਿਆ ਜਾਂਦਾ ਹੈ, ਜਦਕਿ ਇਸ ਵਿੱਚ ਜ਼ਿਮੀਂਦਾਰ ਦੇ ਕੋਲ ਕੋਈ ਬਦਲਵਾਂ ਹੱਲ ਨਹੀਂ ਹੈਗਾ। ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਾਂ ਤਾਂ ਉਹ ਫ੍ਰੀ ਬਿਲਕੁਲ ਕੋਈ ਮਸ਼ੀਨਰੀ ਜਿਹੜੀ ਆ ਸਬਸਿਡੀ 'ਤੇ ਜਾਂ ਜ਼ਿਮੀਂਦਾਰ ਨੂੰ ਉਪਲਬਧ ਕੀਤੀ ਜਾਵੇ। ਵੱਡੇ ਜ਼ਿਮੀਂਦਾਰ ਤਾਂ ਵੱਡੇ ਟਰੈਕਟਰ ਜਾਂ ਮਸ਼ੀਨਾਂ ਲੈ ਲੈਂਦੇ, ਜੋ ਮਸ਼ੀਨਾਂ ਇੱਥੇ ਮਿਲਦੀਆਂ ਨੇ ਉਹ ਛੋਟੇ ਟਰੈਕਟਰ ਨਾਲ ਚੱਲਦੀਆਂ ਨਹੀਂ ਹੈਗੀਆਂ। ਸੋ ਸਰਕਾਰ ਨੂੰ ਬੇਨਤੀ ਆ ਕਿ ਇਹਨੂੰ ਵੀ ਕਿਸੇ ਮਨਰੇਗਾ ਸਕੀਮ ਦੇ ਵਿੱਚ ਲਿਆ ਕੇ, ਮਨਰੇਗਾ ਸਕੀਮ ਦੇ ਵਿੱਚ ਲਿਆ ਕੇ ਪਰਾਲੀ ਕਿਤੇ ਕਿਸੇ ਜਗ੍ਹਾ ਡੂੰਘੀ ਜਗ੍ਹਾ ਟੋਆ ਪੱਟ ਕੇ ਉਹਨੂੰ ਡੰਪ ਕਰਾਇਆ ਜਾਵੇ, ਅਤੇ ਉਸ ਤੋਂ ਬਾਅਦ ਕੋਈ ਉੱਥੇ ਖਾਦ ਜਾਂ ਕੋਈ ਦਵਾਈ ਜਾਂ ਮਤਲਬ ਕਿ ਬਿਜਲੀ ਪੈਰਾ ਜੋ ਕਰਦੇ ਆ ਉੱਥੇ ਤਿਆਰ ਹੋ ਸਕਦੀ ਆ, ਕਿਉਂਕਿ ਜ਼ਿਮੀਂਦਾਰ ਜੇ ਅੱਗ ਨਹੀਂ ਲਾਊਗਾ ਤਾਂ ਉਹਦੀ ਫਸਲ ਪ੍ਰੋਪਰ ਨਹੀਂ ਹੁੰਦੀ, ਕਿਉਂਕਿ ਸਰਕਾਰ ਨੇ ਪਹਿਲਾਂ ਝੋਨੇ ਲੇਟ ਬੀਜਣ ਦੇ ਕਾਰਨ ਕਣਕਾਂ ਕਾਫੀ ਲੇਟ ਹੋ ਚੁੱਕੀਆਂ, ਉੱਤੋਂ ਮੌਸਮ ਦੀ ਜਿਹੜੀ ਮਾਰ ਹੈ ਹੁਣ ਉਹ ਵੀ ਪੈ ਰਹੀ, ਮੌਸਮ ਦੀ ਮਾਰ ਪੈਣ ਦੇ ਨਾਲ ਸਾਰੀਆਂ ਫਸਲਾਂ ਲੇਟ ਹੁੰਦੀਆਂ, ਉਹਦੇ ਨਾਲ ਝਾੜ ਘੱਟ ਨਿਕਲਦਾ ਆ, ਨੁਕਸਾਨ ਸਿਰਫ ਜ਼ਿਮੀਂਦਾਰ ਹੁੰਦਾ, ਜਿਸ ਨਾਲ ਕੀ ਹੁੰਦਾ ਕਿ ਅੱਤ ਤੋਂ ਅੱਕਿਆ ਜ਼ਿਮੀਂਦਾਰ ਕਈ ਵਾਰੀ ਸੂਸਾਈਡ ਕਰਨ ਦੀ ਵੀ ਸੋਚ ਲੈਂਦਾ ਆ। ਸੋ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਛੋਟੇ ਜ਼ਿਮੀਂਦਾਰ ਦਾ ਵੱਧ ਤੋਂ ਵੱਧ ਸੋਚਿਆ ਜਾਵੇ, ਕਿ ਮਸ਼ੀਨਰੀ ਉਪਲਬਧ ਨਹੀਂ ਸਮੇਂ ਸਿਰ ਹੋਣ ਦੇ ਕਾਰਨ ਜ਼ਿਮੀਂਦਾਰ ਜਿਹੜਾ ਅੱਗ ਲਾ ਰਿਹਾ ਆ, ਵੱਧ ਤੋਂ ਵੱਧ ਕੈਂਪ ਲਗਾਏ ਜਾਣ ਕਿ ਪਿੰਡਾਂ ਦੇ ਵਿੱਚ, ਜਿਸ ਦੇ ਨਾਲ ਜ਼ਿਮੀਂਦਾਰ ਜਿਹੜੇ ਜਾਗਰੂਕ ਹੋਣ, ਅਤੇ ਜਾਗਰੂਕ ਹੋਣ ਤੋਂ ਬਾਅਦ ਮਤਲਬ ਕਿ ਉਹ ਜੇ ਉਹਨੂੰ ਮਨਰੇਗਾ ਸਕੀਮ ਵਿੱਚ ਲੈਂਦੇ ਆ, ਇੱਕ ਤਾਂ ਪਿੰਡ ਦੇ ਲੋਕ ਜਿਹੜੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕਦਾ ਆ, ਅਤੇ ਦੂਸਰਾ ਜ਼ਿਮੀਂਦਾਰ ਦੀ ਪਰਾਲੀ ਉਹ ਜਿਹੜੇ ਆ ਕਿਤੇ ਨਾ ਕਿਤੇ ਜ਼ਰੂਰ ਸਾਂਭ ਹੋ ਸਕਦੀ ਆ। ਬਹੁਤ ਬਦਲਵੇਂ ਢੰਗ ਹੈਗੇ ਆ ਜੀ, ਜੇ ਸਰਕਾਰ ਦਾ ਕੋਈ ਨੁਮਾਇੰਦਗਾ ਆ ਕੇ ਬੈਠ ਕੇ ਗੱਲ ਕਰੇ, ਇਹ ਨਹੀਂ ਆਇਆ ਜ਼ਿਮੀਂਦਾਰ ਨੇ ਸਿੱਧੀ ਆਇਆ ਅਤੇ ਪਰਚਾ ਕੀਤਾ ਜਾਂ ਜੇਲ੍ਹ ਭੇਜ ਦਿੱਤਾ, ਇਹ ਕੋਈ ਹੱਲ ਨਹੀਂ ਹੈਗਾ। ਹੱਲ ਤਾਂ ਸਿਰਫ ਇਹ ਹੀ ਆ ਕਿ ਜ਼ਿਮੀਂਦਾਰ ਦੇ ਨਾਲ ਬੈਠ ਕੇ ਕੋਈ ਸਰਕਾਰੀ ਨੁਮਾਇੰਦਗੀ ਹੁਣ ਬਹਿ ਕੇ ਗੱਲ ਕਰਨ, ਬਹਿ ਕੇ ਗੱਲ ਕਰਨ ਤੋਂ ਬਾਅਦ ਮਨਰੇਗਾ ਸਕੀਮ ਦੇ ਵਿੱਚ ਲੈ ਕੇ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਡੰਪ ਕੀਤਾ ਜਾ ਸਕਦਾ ਹੈ ਜੀ। ਇੱਕ ਜਿਹੜੇ ਜ਼ਰੂਰੀ ਜਿਹੜਾ ਸਾਡੇ ਪਿੰਡ ਨੂੰ ਖਾਸ ਪਿੰਡ ਨੂੰ ਬਹੁਤ ਨੁਕਸਾਨ ਹੋ ਰਿਹਾ ਨਾ, ਹਰ ਪਾਸੇ ਨੁਕਸਾਨ ਹੋ ਰਿਹਾ, ਉਹ ਅਜੇ ਸਾਡੇ ਪਿੰਡ ਦੇ ਬਿਲਕੁਲ ਦੀ ਨਾਲ ਦੀ ਲੰਘ ਜਿਹੜੀ ਚਿੱਟੀ ਬੇਈ, ਉਹ ਕਹਿਣ ਨੂੰ ਤਾਂ ਮਤਲਬ ਕਿ ਪੇਪਰ ਦੇ ਵਿੱਚ ਤਾਂ ਲਿਖਣ ਦੇ ਵਿੱਚ ਚਿੱਟੀ ਬੇਈ ਆਉਂਦੀ ਹੈ, ਪਰ ਜਿਹੜਾ ਉਹਦਾ ਪਾਣੀ ਆ ਉਹ ਬਿਲਕੁਲ ਹੀ ਕਾਲਾ ਗੰਧਲਾ ਅਤੇ ਮਤਲਬ ਕਿ ਬਹੁਤ ਹੀ ਨੁਕਸਾਨ ਦੇ ਪਾਣੀ ਆ, ਜਿਹਦਾ ਸਵੇਰੇ ਸ਼ਾਮ ਮਤਲਬ ਕਿ ਇੰਨੀ ਕੁ ਜ਼ਿਆਦਾ ਨੁਕਸਾਨ ਗੰਦੀ ਬੋ ਆਉਂਦੀ ਕਿ ਜੇ ਪਿੰਡ ਵਿੱਚ ਰਹਿਣਾ ਹੀ ਮੁਸ਼ਕਲ ਆ। ਅਸੀਂ ਕੋਈ ਵੀ ਆਪਣੇ ਮਤਲਬ ਕਿ ਪੀਣ ਖਾਣ ਵਾਲੀ ਚੀਜ਼ ਬਾਹਰ ਨਹੀਂ ਰੱਖ ਸਕਦੇ, ਜੇਕਰ ਮੱਛਰ ਦਾ ਕੋਈ
ਮਤਲਬ ਕਿ ਅਣਗਿਣਤ ਮੱਛਰ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਮੱਛਰ ਰਹਿੰਦੇ, ਸਮੇਂ ਸਮੇਂ ਸਿਰ ਪੰਚਾਇਤ ਨੂੰ ਪਿੰਡ ਵਿੱਚ ਕੋਈ ਨਾ ਕੋਈ ਸਪਰੇਅ ਵਗੈਰਾ ਵੀ ਕਰਵਾਉਣੀ ਪੈਂਦੀ ਆ, ਪਰ ਉਹਦਾ ਕੋਈ ਢੁੱਕਵਾਂ ਹੱਲ ਸਰਕਾਰ ਨੇ ਹਾਲੇ ਤੱਕ ਸਾਨੂੰ ਨਹੀਂ ਦੱਸਿਆ। ਪੋਲਿਊਸ਼ਨ ਕੰਟਰੋਲ ਬੋਰਡ ਵਾਲਿਆਂ ਨਾਲ ਅਸੀਂ ਕਈ ਵਾਰੀ ਮੀਟਿੰਗਾਂ ਕਰ ਚੁੱਕੇ ਹਾਂ, ਡੀਸੀ ਸਾਹਿਬ ਨੂੰ ਲਿਖ ਕੇ ਦੇ ਚੁੱਕੇ ਹਾਂ, ਪਰ ਉਹਦਾ ਕੋਈ ਹੱਲ ਨਹੀਂ। ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਵੀ ਆਉਂਦੇ ਆ, ਆਪਣਾ ਮਤਾ ਪਾ ਕੇ ਦੇਖ ਕੇ ਚਲੇ ਜਾਂਦੇ ਆ। ਸਰਕਾਰ ਨੂੰ ਪੂਰੇ ਜੋਸ਼, ਪੂਰੇ ਪਿੰਡ ਵੱਲੋਂ, ਇਹ ਪੰਚਾਇਤ ਵੱਲੋਂ, ਲਾਗੇ ਲਾਗੇ ਸਾਰੇ ਪਿੰਡਾਂ ਵੱਲੋਂ ਇਹ ਬੇਨਤੀ ਕਰਨੇ ਕਿ ਕੋਈ ਨਾ ਕੋਈ ਢੁੱਕਵਾਂ ਹੱਲ ਜਿਹੜਾ ਜ਼ਰੂਰ ਲੱਭਿਆ ਜਾਵੇ, ਜਾਂ ਤਾਂ ਇਹਨੂੰ ਟ੍ਰੀਟਮੈਂਟ ਪਲਾਂਟ ਵਿੱਚ ਤਬਦੀਲ ਕੀਤਾ ਜਾਵੇ ਹਰ ਪਿੰਡ ਦੇ ਵਿੱਚ, ਅਤੇ ਜਾਂ ਇਹਦੀ ਪੂਰੀ ਪ੍ਰੋਪਰ ਸਮੇਂ ਦੇ ਸਿਰ ਸਫਾਈ ਕੀਤੀ। ਥੋੜ੍ਹੀ ਜਿਹੀ ਬਰਸਾਤ ਆਉਣ ਦੇ ਨਾਲ ਇਹਦਾ ਪਾਣੀ ਜਦੋਂ ਬਾਹਰ ਖੇਤਾਂ ਵਿੱਚ ਆ ਜਾਂਦਾ ਆ ਅਤੇ ਪਸ਼ੂਆਂ ਦਾ ਹਰਾ ਚਾਰਾ ਜਿਹੜਾ ਉਹ ਖਰਾਬ ਹੋ ਜਾਂਦਾ ਆ, ਫਸਲਾਂ ਖਰਾਬ ਹੋ ਜਾਂਦੀਆਂ ਆ। ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੋ ਆ ਸਾਡੇ ਪਿੰਡ ਦੇ ਵਿੱਚ ਦੀ ਬੇਈ ਨਿਕਲਦੀ ਆ, ਜਿਹੜੀ ਕਿ ਮਤਲਬ ਕਿ 5 ਸਦੀਆਂ ਪੁਰਾਣੀ ਬੇਈ ਆ, ਇਹ ਪਹਿਲਾਂ ਬਿਲਕੁਲ ਸਾਫ਼ ਪਾਣੀ ਸੀਗਾ, ਕੁਛ ਸਮੇਂ ਤੋਂ ਇਹਦਾ ਪਾਣੀ ਜਿਹੜਾ ਦੂਸ਼ਿਤ ਹੋ ਗਿਆ, ਗੰਦਾ ਹੋ ਗਿਆ ਆ। ਇਹਨੂੰ ਕਿਸੇ ਵੀ ਕਿਸੇ ਤਰੀਕੇ ਨਾਲ ਸਫਾਈ ਕਰਿਆ ਜਾਵੇ। ਜੋ ਵੀ ਇਹ 'ਚ ਮਰਿਆ ਪਸ਼ੂ ਹੁੰਦਾ ਆ ਜਾਂ ਜੋ ਵੀ ਫੈਕਟਰੀਆਂ ਦਾ ਗੰਦ ਇਹਦੇ ਵਿੱਚ ਆ ਜਾਂਦਾ ਆ, ਇਹਦਾ ਜ਼ਿੰਮੇਵਾਰ ਸਰਕਾਰ ਨੂੰ ਹੋਣਾ ਚਾਹੀਦਾ ਆ ਕਿ ਇਸ ਨੂੰ ਕਿਸੇ ਤਰੀਕੇ ਸਾਫ਼ ਕਰਾ ਕੇ ਇਹਨੂੰ ਸਾਫ਼ ਕਰਾਇਆ ਜਾਵੇ, ਕਿਉਂਕਿ ਇਹਦੇ ਨਾਲ ਜਿਹੜਾ ਬਿਮਾਰੀਆਂ ਫੈਲਣ ਦਾ ਮੇਨ ਕਾਰਨ ਜਿਹੜਾ ਆ ਵਾਤਾਵਰਨ ਦੂਸ਼ਿਤ ਆ। ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਕਿਸੇ ਵੀ ਤਰੀਕੇ ਨਾਲ ਹੱਲ ਕਰਾਇਆ ਜਾਵੇ।